ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਰੀ ਤੁਹਾਡਾ ਸਵਾਗਤ ਕਰਦੇ ਆ ਆਪਣੇ YouTube ਚੈਨਲ ਦੇ। ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਤੁਹਾਡੀ ਤਿਆਰੀ ਜਿਹੜੀ ਬਹੁਤ ਵਧੀਆ ਚੱਲ ਰਹੀ ਹੋਵੇਗੀ। ਸੋ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਜੋ ਵੀ ਚੈਨਲ ਤੇ ਨਵੇਂ ਆਏ ਨੇ ਸਾਰਿਆਂ ਨੂੰ ਰਿਕਵੈਸਟ ਹੈ ਕਿ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ। ਇਸ ਤੋਂ ਇਲਾਵਾ ਤੁਸੀਂ ਅਸਾਂ ਦਾ Telegram ਚੈਨਲ ਤੇ ਵੀ ਜੁੜ ਸਕਦੇ ਹੋ। Reet Education Official ਲਿਖ ਕੇ ਅਗਰ ਤੁਸੀਂ ਸਰਚ ਕਰਦੇ ਹੋ ਤਾਂ ਤੁਹਾਨੂੰ ਸੇਮ ਲੋਗੋ ਮਿਲੇਗਾ ਜੋ ਕਿ YouTube ਤੇ ਹੈ ਉਹ ਤੋਂ ਤੁਸੀਂ ਜੁਆਇਨ ਕਰ ਸਕਦੇ ਹੋ। ਇਸ Telegram ਚੈਨਲ ਤੇ ਜੋ ਵੀ ਆਪਣੇ ਕਲਾਸਿਸ ਹੁੰਦੀਆਂ ਨੇ ਉਹਦੇ ਧਿਆਨ ਨੂੰ PDF ਮ ਸੋ ਜਿਹੜੀ ਅੱਜ ਦੀ ਕਲਾਸ ਰਹੇਗੀ ਸਾਡੀ ਉਹ ਵਨ ਲਾਈਨਰ ਦੀ ਫਾਰਮ ਦੇ ਵਿੱਚ ਰਹੇਗੀ ਪੰਜਾਬ ਦੇ ਇਤਿਹਾਸਿਕ ਇਮਾਰਤਾਂ ਦੇ ਬਾਰੇ ਵਿੱਚ ਅਸੀਂ ਦੇਖਾਂਗੇ ਕੁਝ ਕੀ ਹੈ ਹੋਰ ਮਿਸਲੀਨੀਅਸ ਕੁਐਸਚਨ ਵੀ ਹੋਣਗੇ ਸੋ ਜਿੰਨਾ ਵੀ ਐਗਜ਼ਾਮ ਦੇ ਵਿੱਚ ਪੰਜਾਬ ਜੀਕੇ ਆਉਣੀ ਹੈ ਉਹਨਾਂ ਸਾਰਿਆਂ ਦੇ ਲਈ ਇਹ ਕਲਾਸ ਹੈ ਜਿਹੜੀ ਇੰਪੋਰਟੈਂਟ ਰਹਿਣ ਵਾਲੀ ਹੈ ਅ ਬਾਕੀ ਤੁਹਾਨੂੰ ਪੇਪਰ ਏ ਦੇ ਵਿੱਚ ਵੀ ਕੁਝ ਕੁਐਸਚਨ ਇਸ ਦੇ ਵਿੱਚੋਂ ਦੇਖਣ ਨੂੰ ਮਿਲ ਜਾਣਗੇ ਸੋ ਸਟਾਰਟ ਕਰਦੇ ਹਾਂ ਜੀ ਅਸੀਂ ਆਪਣੀ ਅੱਜ ਦੀ ਕਲਾਸ ਅਸੀਂ ਵੀਕ ਦੇ ਵਿੱਚ ਇੱਕ ਜਾਂ ਦੋ ਦਿਨ ਐਦਾਂ ਦੀ ਕਲਾਸ ਰੱਖਿਆ ਕਰਾਂਗੇ ਜਿਸ ਦੇ ਵਿੱਚ ਅਸੀਂ ਵਨ ਲਾਈਨਰ ਦੀ ਫਾਰਮ ਦੇ ਵਿੱਚ ਹੀ ਕੁਐਸਚਨ ਕਰੀਏ ਤਾਂ ਕਿ ਤੁਹਾਡੀ ਰਿਵੀਜ਼ਨ ਜਿਹੜੀ ਬਹੁਤ ਵਧੀਆ ਹੋ ਸਕੇ ਸੋ ਸਟਾਰਟ ਕਰਦੇ ਹਾਂ ਜੀ ਅਸੀਂ ਅੱਜ ਆਪਣੀ ਅੱਜ ਦੀ ਕਲਾਸ ਪੰਜਾਬ ਦੀਆਂ ਇਤਿਹਾਸਿਕ ਇਮਾਰਤਾਂ ਤੇ ਸਭ ਤੋਂ ਪਹਿਲਾਂ ਤਾਂ ਹੈ ਕਹਿੰਦੇ ਕਿ ਕਿਲਾ ਮੁਬਾਰਕ ਹੈ ਜਿਹੜਾ ਉਹ ਕਿੱਥੇ ਸਥਿਤ ਹੈ ਕਿਲਾ ਮੁਬਾਰਕ ਕਿੱਥੇ ਹੈ ਆ ਪਟਿਆਲਾ ਸ਼ਹਿਰ ਦੇ ਵਿੱਚ ਹੈ ਕਲੀਅਰ ਹੈ ਜੀ ਕਿਲਾ ਮੁਬਾਰਕ ਕਿਲੇ ਦੀ ਤਿਆਰੀ ਜਾਂ ਉਸਾਰੀ ਕਿਨੇ ਕਰਵਾਈ ਸੀ ਬਾਬਾ ਆਲਾ ਸਿੰਘ ਨੇ ਹਨਾ ਇਹਨਾਂ ਨੇ ਹੀ ਪਟਿਆਲਾ ਨੂੰ ਬਣਵਾਇਆ ਸੀ ਬਾਬਾ ਆਲਾ ਸਿੰਘ ਕੌਣ ਸੀ ਜੀ ਪਟਿਆਲਾ ਰਿਆਸਤ ਦੇ ਬਾਨੀ ਸੀਗੇ ਜਾਂ ਫਿਰ ਕੁਐਸਚਨ ਐਦਾਂ ਪੁੱਛ ਲਿਆ ਜਾਂਦਾ ਹੈ ਕਿ ਪਟਿਆਲਾ ਰਿਆਸਤ ਦੇ ਬਾਨੀ ਬਾਨੀ ਕੌਣ ਸੀਗੇ ਬਾਬਾ ਆਲਾ ਸਿੰਘ ਸੀਗੇ ਕਹਿੰਦੇ ਪਟਿਆਲਾ ਦਾ ਮੋਤੀ ਬਾਗ ਹੁਣ ਕਿਸ ਸੰਸਥਾ ਦੇ ਵਿੱਚ ਤਬਦੀਲ ਹੋ ਚੁੱਕਿਆ ਹੈ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਦੇ ਵਿੱਚ ਤਬਦੀਲ ਹੋ ਚੁੱਕਿਆ ਜਿਹੜਾ ਪਟਿਆਲਾ ਦੇ ਵਿੱਚ ਮੋਤੀ ਬਾਗ ਸੀਗਾ ਮੋਤੀ ਬਾਗ ਜਿਹੜਾ ਮਿਊਜ਼ੀਅਮ ਹੈ ਉਹ ਕਿੱਥੇ ਸਥਿਤ ਹੈ ਪਟਿਆਲਾ ਸ਼ਹਿਰ ਦੇ ਵਿੱਚ ਹੈ शीश महल दी उस सारी किस महाराज ਨੇ ਕਰਵਾਈ ਸੀ Maharaja नरेंद्र ਨੇ ਠੀਕ ਹੈ ਕਿਥੋਂ ਦੇ ਸੀ ਇਹ ਪਟਿਆਲਾ ਦੇ ਸੀ ਅ ਮਾ ਸ਼ੀਸ਼ ਮਹਿਲ ਨੂੰ ਕਹਿੰਦੇ ਹੋਰ ਕੀ ਨਾਮ ਨਾਲ ਜਾਣਿਆ ਜਾਂਦਾ ਜਾਂ ਫਿਰ ਸ਼ੀਸ਼ ਮਹਿਲ ਹੋਰ ਕਿਸ ਨਾਮ ਦੇ ਨਾਲ ਪ੍ਰਸਿੱਧ ਹੈ ਪੈਲਸ ਆਫ ਮਿਰਰਜ਼ ਪੈਲਸ ਆਫ ਮਿਰਰਜ਼ ਇਸ ਨੂੰ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਬਹੁਤ ਜ਼ਿਆਦਾ ਕੀ ਹੈ ਮਿਰਰ ਦਾ ਵਰਕ ਹੋਇਆ ਹੋਇਆ ਹੈ ਸ਼ੀਸ਼ੇ ਦਾ ਵਰਕ ਹੋਇਆ ਹੋਇਆ ਹੈਗਾ ਇਸ ਮਹਿਲ ਦੀ ਖਾਸੀਅਤ ਕੀ ਹੈ ਕਿਸ ਮਹਿਲ ਦੀ ਸ਼ੀਸ਼ ਮਹਿਲ ਦੀ ਮਹਿਲ ਦੇ ਸਾਹਮਣੇ ਜਿਹੜੀ ਕਹਿੰਦੇ ਇੱਕ ਝੂਲਾ ਹੈ ਜਿਹੜਾ ਫਰਸ਼ਮਨ ਝੂਲਾ ਤੇ ਚੀਨ ਨਹੀਂ ਹੈਗਾ ਰਜੇ ਇੱਥੇ ਹੈ ਜੀ ਝੂਲਾ ਠੀਕ ਹੈ ਸ਼ੀਸ਼ ਮਹਿਲ ਕਿਸ ਬਾਗ ਦਾ ਹਿੱਸਾ ਹੈ ਪੁਰਾਣੇ ਮੋਤੀ ਬਾਗ ਦਾ ਹਿੱਸਾ ਜਿਹੜਾ ਸ਼ੀਸ਼ ਮਹਿਲ ਹੈ ਪਟਿਆਲਾ ਦਾ ਕਿਲਾ ਮੁਬਾਰਕ ਕਦੋਂ ਹੋਣ ਦੇ ਵਿੱਚ ਆਇਆ ਸੀ ਸਾਲ 1763 ਦੇ ਵਿੱਚ ਹੋਣ ਦੇ ਵਿੱਚ ਆਇਆ ਸੀ ਇਸ ਦਾ ਖੇਤਰਫਲ ਕਿੰਨਾ ਹੈ ਇਸ ਕਿਲੇ ਦਾ ਤਕਰੀਬ ਇਹ 10 ਏਕੜ ਦੇ ਵਿੱਚ ਬਣਿਆ ਹੋਇਆ ਹੈਗਾ ਕਿਸ ਸ਼ਹਿਰ ਨੂੰ ਬਾਗਾਂ ਤੇ ਮਹਿਲਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ? ਕਪੂਰਥਲਾ ਸ਼ਹਿਰ ਨੂੰ ਕਿਹਾ ਜਾਂਦਾ ਹੈ ਬਾਗਾਂ ਤੇ ਮਹਿਲਾਂ ਦਾ ਸ਼ਹਿਰ। ਮੂਰੀਸ਼ ਮਸਜਿਦ ਕਿਸ ਸ਼ਹਿਰ ਵਿੱਚ ਸਥਿਤ ਹੈ ਜੀ? ਕਪੂਰਥਲਾ ਸ਼ਹਿਰ ਦੇ ਵਿੱਚ ਸਥਿਤ ਹੈ ਮੂਰੀਸ਼ ਮਸਜਿਦ ਹੈ ਜਿਹੜੀ। ਹੁਣ ਮੂਰੀਸ਼ ਮਸਜਿਦ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ? ਮਹਾਰਾਜਾ ਜਗਤਜੀਤ ਸਿੰਘ ਨੇ ਕਰਵਾਇਆ ਸੀ। ਮੂਰੀਸ਼ ਮਸਜਿਦ ਨੂੰ ਬਣਾਉਣ ਦੇ ਵਿੱਚ ਸਮਾਂ ਕਿੰਨਾ ਲੱਗਿਆ ਸੀ? 13 ਸਾਲ ਦਾ ਸਮਾਂ ਲੱਗਿਆ ਸੀ 1917 ਤੋਂ ਲੈ ਕੇ 1930 ਦੇ ਟਾਈਮ ਪੀਰੀਅਡ ਦੇ ਵਿੱਚ ਇਹ। ਬਣੀ ਸੀ ਜਗਤਜੀਤ ਕਲੱਬ ਕਿੱਥੇ ਹੈ ਜੀ ਕਪੂਰਥਲਾ ਦੇ ਵਿੱਚ ਹੈ ਸ਼ਾਲੀਮਾਰ ਬਾਗ ਵਿੱਚ ਕਿੰਨਾ ਦੀਆਂ ਸਮਾਧੀਆਂ ਬਣੀਆਂ ਹੋਈਆਂ ਨੇ ਸ਼ਾਹੀ ਰਿਆਸਤ ਨਾਲ ਸੰਬੰਧਿਤ ਜਿੰਨੇ ਵੀ ਪਰਿਵਾਰ ਸੀ ਉਹਨਾਂ ਦੀਆਂ ਜਿਹੜੀਆਂ ਸਮਾਧੀਆਂ ਨੇ ਉਹ ਸ਼ਾਲੀਮਾਰ ਬਾਗ ਦੇ ਵਿੱਚ ਬਣੀਆਂ ਹੋਈਆਂ ਨੇ ਜੀ ਆ ਪੰਜ ਮੰਦਰ ਕਿੱਥੇ ਸਥਿਤ ਹੈ ਜੀ ਕਪੂਰਥਲਾ ਦੇ ਵਿੱਚ ਸਥਿਤ ਹੈ ਪੰਜ ਮੰਦਰ ਇਹ ਮੰਦਰ ਕਿਸ ਰਾਜ ਦੇ ਸਮੇਂ ਹੋਣ ਦੇ ਵਿੱਚ ਆਇਆ ਸੀ ਜਿਹੜਾ ਪੰਜ ਮੰਦਰ ਹੈ ਉਹ ਫਤਿਹ ਸਿੰਘ ਦੇ ਸਮੇਂ ਹੋਣ ਦੇ ਵਿੱਚ ਆਇਆ ਸੀ ਕਪੂਰਥਲਾ ਰਿਆਸਤ ਦਾ ਪ੍ਰਸਿੱਧ ਗੁਰਦੁਆਰਾ ਕਿਹੜਾ ਹੈ ਸਟੇਟ ਗੁਰਦੁਆਰਾ ਜਿਹੜਾ ਕਪੂਰਥਲਾ ਦਾ ਉਹ ਹੀ ਕਪੂਰਥਲਾ ਰਿਆਸਤ ਦਾ ਪ੍ਰਸਿੱਧ ਗੁਰਦੁਆਰਾ ਹੈ ਜਿਹੜਾ ਸਟੇਟ ਗੁਰਦੁਆਰਾ ਹੈ ਇਹ ਕਿਹੜੇ ਕਿਹੜੇ ਸਮੇਂ ਦੇ ਵਿੱਚ ਬਣਿਆ ਇਹ ਬਣਿਆ ਸੀ ਜੀ 1915 ਦੇ ਵਿੱਚ ਬਣਿਆ ਸੀਗਾ ਕਪੂਰਥਲਾ ਵਿਖੇ ਸ਼ਿਵਜੀ ਦਾ ਮੰਦ ਪ੍ਰਸਿੱਧ ਮੰਦਿਰ ਕਿਹੜਾ ਹੈ ਬ੍ਰਹਮਕੁੰਡ ਮੰਦਿਰ ਹੈ ਜਿਹੜਾ ਉਹ ਕਪੂਰਥਲਾ ਦੇ ਵਿੱਚ ਸ਼ਿਵਜੀ ਦਾ ਪ੍ਰਸਿੱਧ ਮੰਦਿਰ ਹੈਗਾ ਗੁਰਦੁਆਰਾ ਬੇਰ ਸਾਹਿਬ ਕਿੱਥੇ ਹੈ ਇਹ ਹੈ ਜੀ ਸultanpur ਲੋਧੀ ਦੇ ਵਿੱਚ ਸਰਾਏ ਨੂਰ ਮਹਿਲ ਇਮਾਰਤ ਕਿੱਥੇ ਆ ਨੂਰ ਮਹਿਲ ਦੇ ਵਿੱਚ ਹੀ ਆ ਨੂਰ ਮਹਿਲ ਕਿੱਥੇ ਆ ਇਹ ਜਲੰਧਰ ਸ਼ਹਿਰ ਦੇ ਕੋਲ ਪੈਂਦਾ ਨੂਰ ਮਹਿਲ ਸਰਾਏ ਨੂਰ ਮਹਿਲ ਦਾ ਦੂਸਰਾ ਨਾਂ ਕੀ ਹੈ ਮੁਗਲ ਸਰਾਏ ਸਰਾਏ ਨੂਰ ਮਹਿਲ ਇਮਾਰਤ ਕਿਸ ਦੇ ਕਹਨ ਤੇ ਬਣਾਈ ਗਈ ਸੀ ਬੇਗਮ ਨੂਰ ਜਹਾਂ ਦੇ ਕਹਨ ਤੇ ਬਣਾਈ ਗਈ ਸੀ ਸਰਾਏ ਨੂਰ ਮਹਿਲ ਦਾ ਖੇਤਰਫਲ ਕਿੰਨਾ ਜੀ ਜਾਂ ਫਿਰ ਏਰੀਆ ਕਿੰਨਾ ਹੈ 551 ਸਕਰ ਫੁੱਟ ਹੈਗਾ ਸਰਾਏ ਨੂਰ ਮਹਿਲ ਕਿਸ ਪੱਥਰ ਦੀ ਬਣੀ ਹੋਈ ਹੈ ਇਹ ਲਾਲ ਪੱਥਰ ਦੀ ਬਣੀ ਹੋਈ ਹੈਗੀ ਐਂਗਲੋ ਸਿੱਖਵਾਰ ਮੈਮੋਰੀਅਲ ਕਦੋਂ ਹੋਣ ਦੇ ਵਿੱਚ ਆਇਆ ਸੀ 1976 ਦੇ ਵਿੱਚ ਹੋਣ ਦੇ ਵਿੱਚ ਆਇਆ ਸੀ ਕਿਲਾ ਮੁਬਾਰਕ ਵਿੱਚ ਦੇਖਣ ਜੋ ਕੀ ਹੈ ਇੱਥੋਂ ਦਾ ਕਹਿੰਦੇ ਵਿਸ਼ਾਲ ਦਰਬਾਰ ਹਾਲ ਹੈ ਬਹੁਤ ਵੱਡਾ ਹਾਲ ਹੈ ਪਟਿਆਲਾ ਦੀ ਬਾਰਾਂਦਰੀ ਬਾਗ ਦੀ ਕੀ ਖਾਸੀਅਤ ਹੈ ਇੱਥੋਂ ਦੇ ਜਿਹੜੇ ਕਹਿੰਦੇ ਦੁਰਲਭ ਰੁੱਖ ਨੇ ਤੇ ਉਹਨਾਂ ਦੀਆਂ ਖਾਸ ਜੜੀਆਂ ਬੂਟੀਆਂ ਨੇਗੀਆਂ ਠੀਕ ਹੈ ਉਹਨਾਂ ਦੇ ਲਈ ਫੇਮਸ ਹੈ ਪਟਿਆਲਾ ਦਾ ਪ੍ਰਸਿੱਧ ਕਾਲੀ ਦੇਵੀ ਦਾ ਜਿਹੜਾ ਮੰਦਿਰ ਹੈ ਕਿਸ ਮਹਾਮਾਈ ਦੇ ਨਾਲ ਸੰਬੰਧਿਤ ਹੈ ਜਿਹੜਾ ਕਾਲੀ ਦੇਵੀ ਦਾ ਮੰਦਿਰ ਹੈ ਪਟਿਆਲਾ ਦੇ ਵਿੱਚ ਉਹ ਮਾਂ ਦੁਰਗਾ ਦੇ ਨਾਲ ਸੰਬੰਧਿਤ ਹੈ ਗੁਰਦੁਆਰਾ ਬੀਰ ਸਾਹਿਬ ਕਿਸ ਗੁਰੂ ਦੇ ਨਾਲ ਸੰਬੰਧਿਤ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਹੈ ਸੁਲਤਾਨਪੁਰ ਲੋਧੀ ਕਿਸ ਜ਼ਿਲ੍ਹੇ ਦੇ ਵਿੱਚ ਹੈ ਕਪੂਰਥਲਾ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਅਮਰ ਰਚਨਾ ਜਪਜੀ ਸਾਹਿਬ ਦੀ ਰਚਨਾ ਕਿੱਥੇ ਕੀਤੀ ਕਿੱਥੇ ਕਿੱਥੇ ਸultanpur Lodhi ਦੇ ਵਿੱਚ ਗੁਰਦੁਆਰਾ ਬੇਰ ਸਾਹਿਬ ਦੇ ਵਿੱਚ ਆ ਠੀਕ ਹੈ ਗੁਰੂ ਨਾਨਕ ਦੇਵ ਜੀ ਸultanpur ਵਿੱਚ ਕਿੰਨੇ ਸਾਲ ਗੁਜ਼ਾਰੇ 14 ਸਾਲ ਗੁਜ਼ਾਰੇ ਉਹਨਾਂ ਨੇ ਜਲੰਧਰ ਦਾ ਪ੍ਰਸਿੱਧ ਦੇਵੀ ਤਲਾਬ ਮੰਦਿਰ ਕਿਸ ਦੇਵੀ ਦੇ ਨਾਲ ਸੰਬੰਧਿਤ ਹੈ ਦੇਵੀ ਦੁਰਗਾ ਦੇ ਨਾਲ ਗੁਰਦੁਆਰਾ ਅਕਾਲ ਤਖਤ ਸਾਹਿਬ ਕਿੱਥੇ ਹੈ ਜੀ ਅਮਰਸਰ ਦੇ ਵਿੱਚ ਬਣਿਆ ਹੋਇਆ ਹੈ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਵਿੱਚ ਠੀਕ ਹੈ ਸ੍ਰੀ ਤਰੰਮਨਾ ਕਿੰ ਵਿੱਚ ਨਾਲ ਕਿੰਨੇ ਤਖਤ ਸਬੰਧਿਤ ਨੇ ਜੀ ਪੰਜ ਤਖਤ ਸਬੰਧਿਤ ਨੇ ਸਭ ਤੋਂ ਵੱਡਾ ਤਖਤ ਕਿਹੜਾ ਹੈ ਸ੍ਰੀ ਗੋਾਲ ਤਖਤ ਸਹਿਬ ਹੈ ਚੀਦਾ ਦੀ ਯਾਦਗਾਰ ਕਿੱਥੇ ਸਥਿਤ ਹੈ ਜਿਲ੍ਹਿਆਂ ਵਾਲੇ ਬਾਗ ਦੇ ਵਿੱਚ ਹਨਾ ਜੋ ਕਿੱਥੇ ਬਣਾ ਹੋਇਆ ਅਮਰਸਰ ਦੇ ਵਿੱਚ ਹੈ ਸ੍ਰੀ ਤਰੰਤਨ ਸਾਹਿਬ ਦੀ ਸਥਾਪਨਾ ਕਿਸ ਗੁਰੂ ਸਾਹਿਬ ਨੇ ਕੀਤੀ ਹੈ ਜੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਹੈ ਤਰੰਤਨ ਸਾਹਿਬ ਦੀ ਸਥਾਪਨਾ ਸ੍ਰੀ ਤਰੰਤਨ ਸਾਹਿਬ ਵਿੱਚ ਗੁਰਦੁਆਰਾ ਦੀ ਵਿਲੱਖਣ ਨਿਸ਼ਾਨੀ ਕੀ ਹੈ ਇੱਥੇ ਸਭ ਤੋਂ ਵੱਡਾ ਕੀ ਹੈਗਾ ਜੀ ਸਰੋਵਰ ਹੈਗਾ ਬਾਲੀ ਸਹਿਬ ਜਖਰੇ ਵੀ ਕੁਸਚਨ ਪੁੱਛਿਆ ਜਾਂਦਾ ਸਭ ਤੋਂ ਵੱਡਾ ਸਰੋਵਰ ਕਿੱਥੇ ਹੈ ਤਰਨਤਾਰਨ ਸਾਹਿਬ ਦੇ ਵਿੱਚ ਹੈ ਬਾਲੀ ਸਹਿਬ ਗੁਰਦੁਆਰਾ ਕਿੱਥੇ ਸਥਿਤ ਹੈ ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਹੈ ਗੋਇੰਦਵਾਲ ਬਾਲੀ ਸਹਿਬ ਜਿਹੜਾ ਗੁਰਦੁਆਰਾ ਹੈ ਉਹਦੇ ਵਿੱਚ ਕਿੰਨੀਆਂ ਪੌੜੀਆਂ ਨੇਗੀਆਂ 84 ਪੌੜੀਆਂ ਨੇਗੀਆਂ ਠੀਕ ਹੈ ਮੈਸਰ ਖਾਨਾ ਮੰਦਿਰ ਕਿੱਥੇ ਸਥਿਤ ਹੈ ਬਠਿੰਡਾ ਮਾਨਸਾ ਸੜਕ ਤੇ ਇਹ ਸਥਿਤ ਹੈ ਬਠਿੰਡਾ ਮਾਨਸਾ ਮੇਲੇ ਦੀ ਮਹੱਤਤਾ ਦੱਸੋ ਕਹਿੰਦੇ ਇੱਥੇ ਦੇਵੀ ਜਵਾਲਾ ਜੀ ਪ੍ਰਗਟ ਹੋ ਕੇ ਆਪਣੇ ਭਗਤਾਂ ਨੂੰ ਦਰਸ਼ਨ ਦਿੰਦੇ ਹੁੰਦੇ ਸੀ ਠੀਕ ਹੈ ਇਹ ਮੰਨਿਆ ਜਾਂਦਾ ਹੈਗਾ ਗੁਰਦੁਆਰਾ ਬੌਲੀ ਸਾਹਿਬ ਕਿੱਥੇ ਸਥਿਤ ਹੈ ਜੀ ਗੋਇੰਦਵਾਲ ਸਾਹਿਬ ਦੇ ਵਿੱਚ ਸਥਿਤ ਹੈ ਕਿਸ ਧਾਰਮਿਕ ਸ਼ਹਿਰ ਨੂੰ ਸਿੱਖੀ ਦਾ ਧੁਰਾ ਕਿਹਾ ਜਾਂਦਾ ਹੈ ਗੋਇੰਦਵਾਲ ਸਾਹਿਬ ਨੂੰ ਕਿਹਾ ਜਾਂਦਾ ਹੈ ਸਿੱਖੀ ਦਾ ਧੁਰਾ ਬੱਗੀ ਖਾਨਾ ਕਿੱਥੇ ਸਥਿਤ ਹੈ ਇਹ ਕਪੂਰਥਲਾ ਦੇ ਵਿੱਚ ਹੈ ਬੱਗੀ ਖਾਨਾ ਦੀ ਕੀ ਮਹੱਤ ਹੈ ਜਦ ਕੀ ਹੈ ਇਹ ਕਪੂਰਥਾ ਰਿਆਸਤ ਦੇ ਜਿਹੜੇ ਰਾਜੇ ਸੀ ਇੱਥੇ ਆਪਣੀਆਂ ਉਹ ਮੋਟਰ ਕਾਰਾਂ ਕਾਰਾਂ ਖੜੀਆਂ ਕਰਿਆ ਕਰਦੇ ਸੀ ਠੀਕ ਹੈ ਉਹਨੂੰ ਕਿਹਾ ਜਾਂਦਾ ਬੱਗੀ ਖਾਨਾ ਸਰਕਾਰੀ ਮਹਿੰਦਰਾ ਕਾਲਜ ਕਿੱਥੇ ਸਥਿਤ ਹੈ ਇਹ ਵੀ ਪਟਿਆਲਾ ਦੇ ਵਿੱਚ ਹੈ ਜੀ ਸਰਕਾਰੀ ਮਹਿੰਦਰਾ ਕਾਲਜ ਹੋਂਦ ਵਿੱਚ ਕਦੋਂ ਆਇਆ ਸੀ 1875 ਈਸਵੀ ਦੇ ਵਿੱਚ ਆਇਆ ਸੀਗਾ ਸਰਕਾਰੀ ਮਹਿੰਦਰਾ ਕਾਲਜ ਕਿਸ ਨੇ ਬਣਵਾਇਆ ਸੀ ਮਹਾਰਾਜਾ ਮਹਿੰਦਰ ਸਿੰਘ ਨੇ ਬਣਵਾਇਆ ਸੀ ਸ਼ਾਹਪੁਰ ਕੰਡੀ ਕਿਲਾ ਜਿਹੜਾ ਹੈਗਾ ਉਹ ਕਿੱਥੇ ਸਥਿਤ ਹੈ ਉਹ ਸ਼ਾਹਪੁਰ ਕੰਡੀ ਦੇ ਵਿੱਚ ਹੈ ਸ਼ਾਹਪੁਰ ਕੰਡੀ ਜਿਹੜਾ ਕਿਲਾ ਕਦੋਂ ਸਥਾਪਿਤ ਕੀਤਾ ਗਿਆ ਸੀ ਇਹ ਕਿਲਾ 16ਵੀਂ ਸਦੀ ਦੇ ਵਿੱਚ ਬਣਾਇਆ ਗਿਆ ਸੀਗਾ ਸ਼ਾਹਪੁਰ ਕੰਡੀ ਕਿਲੇ ਦਾ ਇਹ ਨਾਮ ਕਿਵੇਂ ਪਿਆ ਸੀ ਮੁਗਲ ਬਾਦਸ਼ਾਹ ਸਹਾਜਾਹਾਂ ਦੇ ਨਾਮ ਤੋਂ ਇਹ ਨਾਮ ਪਿਆ ਸੀਗਾ ਸ਼ਾਹਪੁਰ ਕੰਡੀ ਜਿਹੜਾ ਕਿਲਾ ਖੇਤਰ ਵਿੱਚ ਕਿਸ માતા ਦਾ ਮੰਦਿਰ ਮੌਜੂਦ ਹੈ ਦੇਵੀ ਦੁਰਗਾ ਦਾ ਮੰਦਿਰ ਹੈਗਾ ਸ਼ਾਹਪੁਰ ਕੰਡੀ ਜਿਹੜਾ ਮੰਦਿਰ ਹੈ ਕਿਸ ਨਾਂ ਦੇ ਨਾਲ ਪ੍ਰਸਿੱਧ ਹੈ ਕਿਲੇ ਵਾਲੀ ਮਾਤਾ ਮੰਦਰ ਜਾਂ ਫਿਰ ਸ਼ਾਹਪੁਰ ਕੰਡੀ ਦੇ ਨਾਮ ਨਾਲ ਆਨੰਦਪੁਰ ਜਿਹੜਾ ਹੈਗਾ ਸ਼ਹਿਰ ਉਹ ਕਿਸ ਨੇ ਬੁਸਾਇਆ ਸੀ ਉਹ ਗੁਰੂ ਤੇਗ ਬਹਾਦਰ ਜੀ ਨੇ ਬੁਸਾਇਆ ਸੀ ਆਨੰਦਪੁਰ ਜਿਹੜਾ ਹੈਗਾ ਕਿਲਾ ਗੋਵਿੰਦਗੜ ਕਿੱਥੇ ਸਥਿਤ ਹੈ ਜੀ ਅੰਮ੍ਰਿਤਸਰ ਦੇ ਵਿੱਚ ਸਥਿਤ ਹੈ ਇਹ ਕਿਲਾ ਕਿਸ ਨਾਲ ਸੰਬੰਧਿਤ ਹੈ ਜਿਹੜਾ ਕਿਲਾ ਗੋਵਿੰਦਗੜ ਹੈ 18ਵੀਂ ਸਦੀ ਦੇ ਨਾਲ ਸੰਬੰਧ ਰੱਖਦਾ ਹੈਗਾ ਅੰਮ੍ਰਿਤਸਰ ਵਿੱਚ ਗਾਂਧੀ ਗੇਟ ਕਿਸ ਸਦੀ ਨਾਲ ਸੰਬੰਧਿਤ ਹੈ 1700 ਈਸਵੀ ਦੇ ਨਾਲ ਸੰਬੰਧਿਤ ਹੈ ਇਹ ਗੇਟ ਕਿਸ ਤਾ ਬਣਾ ਹੋਇਆ ਜੀ ਲਾਲ ਪੱਥਰ ਦਾ ਬਣਾ ਹੋਇਆਗਾ ਗਾਂਧੀ ਗੇਟ ਜਿਹੜਾ ਹੈਗਾ ਅੰਮ੍ਰਿਤਸਰ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਉਸਾਰੀ ਕਿਸ ਨੇ ਕਰਵਾਈ ਸੀ ਗੁਰੂ ਹਰਗੋਬਿੰਦ ਜੀ ਨੇ ਕਰਵਾਈ ਸੀ ਅਕਾਲ ਤਖਤ ਸਾਹਿਬ ਦੀ ਉਸਾਰੀ ਕਦੋਂ ਹੋਈ ਸੀ 1606 ਦੇ ਵਿੱਚ ਹੋਈ ਸੀ ਸਿੱਖਾਂ ਦੇ ਸਭ ਤੋਂ ਉੱਤਮ ਨਿਆਪਾਲਿਕਾ ਕਿਸ ਨੂੰ ਮੰਨਿਆ ਜਾਂਦਾ ਹੈ ਸਿਰੀ ਅਕਾਲ ਤਖਤ ਸਹਿਬ ਨੂੰ ਮੰਨਿਆ ਜਾਂਦਾ ਹੈ ਸਿੱਖਾਂ ਦੀ ਸਭ ਤੋਂ ਉੱਤਮ ਨਿਆ ਪਾਲਿਕਾ ਇਸ ਅਕਾਲ ਤਖਤ ਦੀ ਉਚਾਈ ਕਿੰਨੀ ਹੈ ਜੀ 12 ਫੁੱਟ ਉੱਚਾ ਬਿਲੜਾ ਬਣਾਇਆ ਹੋਇਆ ਹੈ ਇਹ ਅਕਾਲ ਤਖਤ ਸਹਿਬ ਅਕਾਲ ਤਖਤ ਸਹਿਬ ਦੀ ਉਚਾਈ ਵੱਧ ਕਿਉਂ ਰੱਖੀ ਗਈ ਸੀ ਉਚਾਈ ਵੱਧ ਕਿਉਂ ਰੱਖੀ ਗਈ ਸੀ ਅਕਾਲ ਤਖਤ ਸਹਿਬ ਦੀ ਕਹਿੰਦੇ ਮੁਗਲ ਬਾਦਸ਼ਾਹ ਜਹਾਂਗੀਰ ਦਾ ਜਵਾਬ ਦੇਣ ਲਈ ਜਿਸ ਅਨੁਸਾਰ ਰਾਜੇ ਤੋਂ ਬਿਨਾ ਕੋਈ ਵੀ ਜਿਹੜਾ ਹੋਰ ਕੋਈ ਵੀ 3 ਫੁੱਟ ਤੋਂ ਵੱਧ ਉੱਚੇ ਤਖਤੇ 'ਤੇ ਨਹੀਂ ਬੈਠ ਸਕਦਾ ਸੀ ਠੀਕ ਹੈ ਤਾਂ ਕਰਕੇ ਕੀ ਹੈ ਇਹ ਉਚਾਈ ਇਹਦੀ ਉੱਚੀ ਰੱਖੀ ਗਈ ਸੀਗੀ ਠੀਕ ਹੈ ਸ੍ਰੀ ਰਾਮ ਤੀਰਥ ਮੰਦਿਰ ਕਿਸ ਭਗਵਾਨ ਦੇ ਨਾਲ ਸੰਬੰਧਿਤ ਹੈ ਜੀ ਸ੍ਰੀ ਰਾਮਚੰਦਰ ਜੀ ਦੇ ਨਾਲ ਰਾਮ ਤੀਰਥ ਮੰਦਿਰ ਦੀ ਕੀ ਮਹਾਨਤਾ ਹੈਗੀ ਆ ਇੱਥੇ ਕਹਿੰਦੇ ਲਬ ਕੁਛ ਦਾ ਜਨਮ ਹੋਇਆ ਸੀ ਜਿਹਦੇ ਕਰਕੇ ਇਹ ਫੇਮਸ ਹੈ ਸੂਰਜਕੁੰਡ ਕਿਸ ਭਗਵਾਨ ਦੇ ਨਾਲ ਸੰਬੰਧਿਤ ਹੈ ਬਹੁਤ ਇੰਪੋਰਟੈਂਟ ਹੈ ਭਗਵਾਨ ਰਾਮਚੰਦਰ ਦੇ ਨਾਲ ਸੰਬੰਧਿਤ ਹੈ ਸੂਰਜਕੁੰਡ ਪੰਜਕੁੰਡ ਪੰਜਾਬ ਦੇ ਵਿੱਚ ਕਿੱਥੇ ਸਥਿਤ ਹੈ ਇਹ ਹੈ ਜੀ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਕੁੰਡ ਤੋਂ ਕੀ ਭਾਵ ਹੈ ਕੁੰਡ ਤੋਂ ਭਾਵ ਕੀ ਹੁੰਦਾ ਹੈ ਜੀ ਸਰੋਵਰ ਗੁਰਦੁਆਰਾ ਚਰਨ ਕੰਵਲ ਜਿੰਦਵਾਲ ਦੇ ਵਿੱਚ ਹੈ ਜਿਹੜਾ ਕਿਸ ਜ਼ਿਲ੍ਹੇ ਨਾਲ ਸੰਬੰਧਿਤ ਹੈ ਸ਼ਹੀਦ ਭਗਤ ਸਿੰਘ ਨਗਰ ਦੇ ਨਾਲ ਸੰਬੰਧਿਤ ਹੈ ਗੁਰਦੁਆਰਾ ਚਰਨ ਕੰਵਲ ਜਿਹੜਾ ਹੈਗਾ ਕਿਸ ਗੁਰੂ ਸਾਹਿਬ ਨਾਲ ਸੰਬੰਧਿਤ ਹੈ ਗੁਰੂ ਹਰਗੋਬਿੰਦ ਜੀ ਦੇ ਨਾਲ ਸਾਰਾਗੜੀ ਯਾਦਗਾਰੀ ਗੁਰਦੁਆਰਾ ਕਿੱਥੇ ਸਥਿਤ ਹੈ ਇਹ ਹੈਗਾ ਜੀ ਫਿਰੋਜ਼ਪੁਰ ਦੇ ਵਿੱਚ ਹੈਗਾ ਸਾਰਾਗੜੀ ਦਾ ਯੁੱਧ ਕਦੋਂ ਹੋਇਆ ਸੀਗਾ 1897 ਦੇ ਵਿੱਚ ਹੋਇਆ ਸੀ ਸਾਰਾਗੜੀ ਦਾ ਯੁੱਧਾ ਸਾਰਾਗੜੀ ਯੁੱਧ ਦੀ ਯਾਦ ਦੇ ਵਿੱਚ ਕਿਹੜਾ ਦਿਨ ਮਨਾਇਆ ਜਾਂਦਾ ਹੈ ਜਿਹੜਾ ਇਹ ਕਦੋਂ ਮਨਾਇਆ ਜਾਂਦਾ ਹੈਗਾ ਇਹ ਹਰ ਸਾਲ 12 ਸਤੰਬਰ ਨੂੰ ਮਨਾਇਆ ਜਾਂਦਾ ਹੈਗਾ ਠੀਕ ਹੈ ਜੀ ਫਿਰੋਜ਼ਪੁਰ ਦਾ ਪ੍ਰਸਿੱਧ ਜੈਨ ਮੰਦਿਰ ਕਿਹੜਾ ਹੈਗਾ ਜੈਨ ਸਵੇਤਾਂਵਰ ਮੰਦਿਰ ਹੈਗਾ ਜੈਨ ਸਵੇਤਾ ਵਰ ਮੰਦਿਰ ਕਦੋਂ ਹੋਣ ਦੇ ਵਿੱਚ ਆਇਆ ਸੀ 1890 ਦੇ ਵਿੱਚ ਹੋਣ ਦੇ ਵਿੱਚ ਆਇਆ ਸੀ ਜੈਨ ਸਵੇਤਾ ਜਿਹੜਾ ਵਰ ਮੰਦਿਰ ਹੈ ਦੇਖਣ ਜੋ ਕੀ ਹੈ ਉਹਦੇ ਵਿੱਚ ਇਸ ਵਿੱਚ ਕਹਿੰਦੇ ਦੀਵਾਰਾਂ ਤੇ ਜੈਨਤਾ ਨਾਲ ਸੰਬੰਧਿਤ ਪੇਂਟਿੰਗ ਅਤੇ ਜੈਨ ਕਲਚਰ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਕਲੀਅਰ ਹੈ ਜੀ ਫਰੋ ਸ਼ਾ ਐਂਗਲੋ ਸਿੱਖ ਵਾਰ ਮੈਮੋਰੀਅਲ ਕਦੋਂ ਬਣਿਆ ਸੀ 1976 ਦੇ ਵਿੱਚ ਬਣਿਆ ਬਠਿੰਡੇ ਜ਼ਿਲ੍ਹੇ ਦੇ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਿਤ ਧਾਰਮਿਕ ਸਥਾਨ ਕਿਹੜਾ ਹੈ ਗੁਰਦੁਆਰਾ ਦਮਦਮਾ ਸਾਹਿਬ ਤਲਵੰਡੀ ਸਾਬੋ ਗੁਰਦੁਆਰਾ ਦਮਦਮਾ ਸਾਹਿਬ ਤਲਵੰਡੀ ਸਾਬੋ ਗੁਰਦੁਆਰਾ ਦਾ ਇਹ ਨਾਮ ਹੈ ਜਿਹੜਾ ਕਿਵੇਂ ਪਿਆ ਇਹ ਨਾਮ ਨਾਮ ਇਹ ਕਿਵੇਂ ਪਿਆ ਕਹਿੰਦੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਥੋੜੀ ਦੇਰ ਦਮ ਲਿਆ ਸੀ ਮਤਲਬ ਵਿਸ਼ਰਾਮ ਕੀਤਾ ਸੀ ਉਹਨਾਂ ਨੇ ਠੀਕ ਹੈ ਤਾਂ ਕਰਕੇ ਇੱਥੇ ਉਸ ਜਗ੍ਹਾ ਦਾ ਨਾਮ ਹੈ ਜਿਹੜਾ ਉਹ ਦਮਦਮਾ ਸਾਹਿਬ ਪੈ ਗਿਆ ਅਬੋਹਰ ਵਿੱਚ ਪ੍ਰਾਤਨ ਗੁਰਦੁਆਰਾ ਕਿਹੜਾ ਹੈ ਜੀ ਗੁਰਦੁਆਰਾ ਬਾਦ ਤੀਰਥ ਸਹਿਬ ਹੈ ਗੁਰਦਰਾ ਬਾਦ ਤੀਰਥ ਸਹਿਬ ਹੈ ਜਿਹੜਾ ਕਿਸ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਹੈ ਪਹਿਲੇ ਅਤੇ 10ਵੇਂ ਗੁਰੂ ਦੇ ਨਾਲ ਸੰਬੰਧਿਤ ਹੈ ਪੰਜ ਪੀੜੀ ਬਾ ਕਿਸ ਇਲਾਕੇ ਨਾਲ ਵਿੱਚ ਸਥਿਤ ਹੈ ਜੀ ਅਬੋਹਰ ਦੇ ਵਿੱਚ ਇਹ ਸਥਿਤ ਹੈ ਫਿਰੋਜ਼ਪੁਰ ਸ਼ਹਿਰ ਫਿਰੋਜ਼ਪੁਰ ਆਏਗਾ ਜੀ ਇੱਥੇ ਫਿਰੋਜ਼ਪੁਰ ਸ਼ਹਿਰ ਕਿਸ ਨੇ ਬਸਾਇਆ ਸੀਗਾ ਤੁਗਲਕ ਖਾਨਦਾਨ ਦੇ ਜਿਹੜੇ ਫਿਰੋਜ਼ਾ ਤੁਗਲਕ ਸੀ ਉਸਨੇ ਬਸਾਇਆ ਸੀਗਾ ਫਿਰੋਜ਼ਪੁਰ ਸ਼ਹਿਰ ਪੋਥੀ ਮਾਲਾ ਕਿੱਥੇ ਸਥਿਤ ਹੈ ਜੀ ਫਿਰੋਜ਼ਪੁਰ ਸ਼ਹਿਰ ਦੇ ਪਿੰਡ ਗੁਰੂ ਹਰ ਸਹਾਇ ਦੇ ਵਿੱਚ ਹੈ ਪੋਥੀ ਮਾਲਾ ਕਦੋਂ ਬਣਿਆ ਸੀ 191745 ਦੇ ਵਿੱਚ ਬਣਿਆ ਸੀ ਪੋਥੀ ਮਾਲਾ ਕਿਸ ਨੇ ਬਣਾਇਆ ਸੀ ਜੀਵਨ ਮਾਲ ਨੇ ਪੋਥੀ ਮਾਲਾ ਦੇ ਵਿੱਚ ਪ੍ਰਸਿੱਧ ਕੀ ਹੈਗਾ ਇੱਥੇ ਕਹਿੰਦੇ ਗੁਰੂ ਜੀ ਦੀ ਪੋਥੀ ਅਤੇ ਮਾਲਾ ਦੇਖਣਯੋਗ ਨੇ ਜੀ ਸ਼ੀਤ ਭਗਤ ਸਿੰਘ ਮੈਮੋਰੀਅਲ ਕਿੱਥੇ ਸਥਿਤ ਹੈ ਜੀ ਇਹ ਵੀ ਫਿਰੋਜ਼ਪੁਰ ਦੇ ਵਿੱਚ ਆ ਭਗਤ ਸਿੰਘ ਮੈਮੋਰੀਅਲ ਕਿਸ ਲਈ ਪ੍ਰਸਿੱਧ ਹੈ ਇੱਥੇ ਭਗਤ ਸਿੰਘ ਰਾਜਗੁਰੂ ਅਤੇ ਸਖਤੇਬ ਦਾ ਜਿਹੜਾ ਸੰਸਕਾਰ ਹੈ ਸੰਸਕਾਰ ਹੈ ਉਹ ਕੀਤਾ ਗਿਆ ਸੀਗਾ ਖਾਲਸਾ ਦੀ ਜਨਮ ਭੂਮੀ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ ਸ੍ਰੀ ਅਨੰਦਪੁਰ ਸਾਹਿਬ ਨੂੰ ਕਿਹਾ ਜਾਂਦਾ ਹੈ ਖਾਲਸਾ ਦੀ ਜਨਮ ਭੂਮੀ ਪੰਜਾਬ ਵਿੱਚ ਹੜੱਪਾ ਸਭਿਅਤਾ ਨਾਲ ਸੰਬੰਧਿਤ ਪ੍ਰਮੁੱਖ ਕੇਂਦਰ ਕਿਹੜਾ ਹੈ ਹੜੱਪਾ ਹੀ ਹੈ ਸਿੱਖਾਂ ਦਾ ਮੱਕਾ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ ਸ੍ਰੀ ਅਮਰitsar ਸਾਹਿਬ ਨੂੰ ਕਿਹਾ ਜਾਂਦਾ ਹੈ ਸਿੱਖਾਂ ਦਾ ਮੱਕਾ ਸ਼ਹੀਦ ਦੇ ਆਜ਼ਮ ਕਿਹੜੇ ਕ੍ਰਾਂਤੀਕਾਰੀ ਨੂੰ ਕਿਹਾ ਜਾਂਦਾ ਹੈ ਸ਼ਹੀਦ ਭਗਤ ਸਿੰਘ ਨੂੰ ਕਿਹਾ ਜਾਂਦਾ ਹੈ ਸ਼ਹੀਦ ਦੇ ਆਜ਼ਮਾ ਪੁਰਾਣਾ ਵਿੱਚ ਪੰਜਾਬ ਦੇ ਕਿਹੜੇ ਸ਼ਹਿਰ ਦਾ ਜ਼ਿਕਰ ਕੀਤਾ ਗਿਆ ਜਲੰਧਰ ਸ਼ਹਿਰ ਦਾ ਜ਼ਿਕਰ ਕੀਤਾ ਗਿਆ ਪੁਰਾਣਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਕਿੱਥੇ ਸਥਾਪਿਤ ਕੀਤੀ ਗਈ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ ਕੀਤੀ ਗਈ ਹੈ ਅਟਾਰੀ ਰੇਲਵੇ ਸਟੇਸ਼ਨ ਕਿਹੜੇ ਦੋ ਦੇਸ਼ਾਂ ਨੂੰ ਜੋੜਦਾ ਹੈ ਜੀ ਭਾਰਤ ਅਤੇ ਪਾਕਿਸਤਾਨ ਨੂੰ ਜੋੜਦਾ ਹੈ ਅਟਾਰੀ ਰੇਲਵੇ ਸਟੇਸ਼ਨ ਰਾਜ ਮਹਿਲ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਫਰੀਦਕੋਟ ਦੇ ਵਿੱਚ ਪੰਜਾਬ ਕੇਸਰੀ ਕਿਹਨੂੰ ਕਿਹਾ ਜਾਂਦਾ ਹੈ ਜੀ ਲਾਲਾ ਲਾਲ ਪਤਰਾ ਇਲਾਜ ਪਤਰਾ ਇਹਨੂੰ ਕਿਹਾ ਜਾਂਦਾ ਹੈ ਪੰਜਾਬ ਕੇਸਰੀ ਸਾਰਾਗੜੀ ਜਿਹੜੇ ਸਮਾਰਕ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਹੈ ਫਿਰੋਜ਼ਪੁਰ ਦੇ ਵਿੱਚ ਹੈ ਏਸ਼ੀਆ ਮਹਾਦੀਪ ਦਾ ਸਭ ਤੋਂ ਵੱਡਾ ਰੇਲਵੇ ਜੰਕਸ਼ਨ ਕਿਹੜਾ ਹੈ ਬਠਿੰਡਾ ਹੈਗਾ ਬਠਿੰਡਾ ਦੇ ਕਿਲੇ ਦਾ ਸਬੰਧ ਦਿੱਲੀ ਦੇ ਕਿਹੜੇ ਸ਼ਾਸਕ ਦੇ ਨਾਲ ਰਿਹਾ ਰਜ਼ੀਆ ਸੁਲਤਾਨ ਦੇ ਨਾਲ ਰਿਹਾ ਸ਼ੇਰ-ਏ-ਪੰਜਾਬ ਕਿਸ ਨੂੰ ਕਿਹਾ ਜਾਂਦਾ ਜੀ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਜਾਂਦਾ ਹੈ ਪੰਜਾਬ ਵਿੱਚ ਸਭ ਤੋਂ ਵੱਧ ਮੁਸਲਮਾਨ ਸਮੁਦਾਇ ਦੇ ਲੋਕ ਕਿੱਥੇ ਰਹਿੰਦੇ ਨੇ ਮਲੇਰਕੋਟਲਾ ਦੇ ਵਿੱਚ ਰਹਿੰਦੇ ਨੇ ਪੰਜਾਬੀ ਯੂਨੀਵਰਸਿਟੀ ਕਿੱਥੇ ਹੈ ਜੀ ਪਟਿਆਲਾ ਦੇ ਵਿੱਚ ਹੈ ਸਾਇੰਸ ਸਿਟੀ ਪੰਜਾਬ ਦੇ ਕਿਸ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਕਪੂਰਥਲਾ ਦੇ ਵਿੱਚ ਸਥਿਤ ਹੈ ਤੇ ਇਹ ਜਲੰਧਰ ਦੇ ਵਿੱਚ ਵੀ ਹੈਗੀ ਹੈ ਠੀਕ ਹੈ ਸਾਇੰਸ ਸਿਟੀ ਜਲੰਧਰ ਦੇ ਵਿੱਚ ਵੀ ਹੈਗੀ ਹੈ ਠੀਕ ਹੈ ਜੀ ਸ੍ਰੀ ਹਰਮੰਦਰ ਸਾਹਿਬ ਦੇ ਕਿੰਨੇ ਦਰਵਾਜ਼ੇ ਨੇ ਜੀ ਚਾਰ ਦਰਵਾਜ਼ੇ ਨੇਗੇ ਠੀਕ ਹੈ ਚਾਰ ਦਰਵਾਜ਼ੇ ਨੇ ਸ੍ਰੀ ਹਰਮੰਦਰ ਸਾਹਿਬ ਦੇ ਪੰਜਾਬ ਦੇ ਦੀਪ ਦੇ ਜਿਹੜਾ ਕਦੋਂ ਮਨਾਇਆ ਜਾਂਦਾ ਹੈ 1 ਨਵੰਬਰ ਨੂੰ ਮਨਾਇਆ ਜਾਂਦਾ ਹੈਗਾ ਪੰਜਾਬ ਦੇ ਵਿੱਚ ਵਿਸ਼ਵ ਪ੍ਰਸਿੱਧ ਰੌ ਗਾਰਡਨ ਕਿੱਥੇ ਹੈ ਜੀ ਚੰਡੀਗੜ੍ਹ ਦੇ ਵਿੱਚ ਹੈ ਤੇ ਕੁਐਸਚਨ ਇਹ ਵੀ ਪੁੱਛਿਆ ਜਾਂਦਾ ਹੈ ਕਿ ਰੌ ਗਾਰਡ ਜਿਹੜਾ ਬਣਵਾਇਆ ਕਿਸ ਨੇ ਸੀ ਜੀ ਨੇਕ ਚੰਦ ਨੇ ਆਇਆ ਇਸ ਦਾ ਆਨਸਰ ਠੀਕ ਹੈ ਇਹ ਵੀ ਬਹੁਤ ਵਾਰ ਪੁੱਛਿਆ ਜਾਂਦਾ ਹੈ ਪੰਜਾਬ ਨੈਸ਼ਨਲ ਬੈਂਕ ਦਾ ਸੰਸਥਾਪਕ ਕੌਣ ਸੀ ਜੀ ਲਾਲਾ ਲਾਜਪਤ ਰਾਏ ਸੀਗਾ ਠੀਕ ਹੈ ਪੰਜਾਬ ਵਿੱਚ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦਾ ਸਬੰਧ ਕਿਸ ਦੇ ਨਾਲ ਹੈ ਗਦਰ ਲਹਿਰ ਦੇ ਨਾਲ ਹੈ ਐਂਗਲੋ ਸਿੱਖ ਵਾਰ ਮੈਮੋਰੀਅਲ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਹੈ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਹੈ ਪੰਜਾਬ ਦਾ ਪਿੰਡੂ ਉਜੈਵਕਰ ਕਿੱਥੇ ਹੈ ਜੀ ਲੁਧਿਆਣਾ ਦੇ ਵਿੱਚ ਹੈ ਪੰਜਾਬ ਦਾ ਮਾਂਚੈਸਟਰ ਕਿਹਨੂੰ ਕਿਹਾ ਜਾਂਦਾ ਹੈ ਇਹ ਵੀ ਲੁਧਿਆਣਾ ਨੂੰ ਕਿਹਾ ਜਾਂਦਾ ਹੈ ਕਿਲਾ ਰਾਏਪੁਰ ਕਿਸ ਕਾਰਨ ਪ੍ਰਸਿੱਧ ਹੈ ਪੇਂਡੂ 올림픽 ਖੇਡਾਂ ਹੁੰਦੀਆਂ ਨੇ ਇੱਥੇ ਮੋਤੀ ਮਹਿਲ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਹੈ ਪਟਿਆਲਾ ਜ਼ਿਲ੍ਹਾ ਦੇ ਵਿੱਚ ਹੈ ਪਹਿਲਾਂ ਹੀ ਦੇਖ ਚੁੱਕੀਆਂ ਸੀ ਪੰਜਾਬ ਵਿੱਚ ਸਭ ਤੋਂ ਵੱਡੀ ਸੈਨਿਕ ਸ਼ੌਨੀ ਹੈ ਜਿਹੜੀ ਸ਼ੌਨੀ ਜਮਸੀ ਕੈਂਟ ਬੋਲਦੇ ਆ ਉਹ ਕਿੱਥੇ ਹੈ ਬਠਿੰਡਾ ਦੇ ਵਿੱਚ ਹੈ ਸਿੱਖ ਵਿਰਾਸਤ ਕੰਪਲੈਕਸ ਪੰਜਾਬ ਵਿੱਚ ਕਿੱਥੇ ਵਿਕਸਿਤ ਕੀਤਾ ਗਿਆ ਹੈ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਕੀਤਾ ਗਿਆਗਾ ਲੱਖੀ ਜੰਗਲ ਪੰਜਾਬ ਦੇ ਕਿਹੜੇ ਜ਼ਿਲ੍ਹੇ ਚ ਨੇ ਜੀ ਬਠਿੰਡਾ ਜ਼ਿਲ੍ਹੇ ਦੇ ਵਿੱਚ ਨੇ ਮੁਗਲ ਬਾਦਸ਼ਾਹ ਅਕਬਰ ਦਾ ਰਾਸਦਿਲਕ ਕਿੱਥੇ ਗਿਆ ਕੀਤਾ ਗਿਆ ਸੀ ਗੁਰਦਾਸਪੁਰ ਦੇ ਵਿੱਚ ਕਲਾਨੌਰ ਦੇ ਵਿੱਚ ਕੀਤਾ ਗਿਆ ਸੀ ਪੰਜਾਬ ਵਿੱਚ ਝੀਲਾਂ ਦਾ ਸ਼ਹਿਰ ਕਿਹਨੂੰ ਕਿਹਾ ਜਾਂਦਾ ਹੈ ਬਠਿੰਡਾ ਨੂੰ ਕਿਹਾ ਜਾਂਦਾ ਹੈਗਾ ਪੰਜਾਬ ਦੇ ਕਿਹੜੇ ਸ਼ਹਿਰ ਦਾ ਨਾਮ ਇੱਕ ਸੂਫੀ ਫਕੀਰ ਦੇ ਨਾਮ ਉੱਪਰ ਹੈ ਤੇ ਉਸ ਸੁਫੀ ਫਕੀਰ ਦਾ ਨਾਮ ਕੀ ਹੈ ਜਿਹੜਾ ਫਰੀਦਕੋਟ ਸ਼ਹਿਰ ਹੈ ਉਹਦਾ ਨਾਮ ਬਾਬਾ ਫਰੀਦ ਦੇ ਨਾਮ ਤੇ ਹੈ ਹੈਨਾ ਸੇਖ ਫਰੀਦ ਦੇ ਨਾਮ ਤੇ ਹੈ ਸੇਖ ਫਰੀਦ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਗੰਸ਼ਕਰ ਜਾਂ ਫਿਰ ਸ਼ਕਰਗੰਜ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਕਲੀਅਰ ਹੈ ਜੀ ਪੰਜਾਬ ਨੂੰ ਪੰਜ ਦਬਾਬਿਆਂ ਵਿੱਚ ਕਿਸ ਨੇ ਵੰਡਿਆ ਸੀ ਮੁਗਲ ਬਾਦਸ਼ਾ ਅਕਬਰ ਨੇ ਪੰਜਾਬ ਭਾਰਤ ਦੇ ਕਿਹੜੇ ਪਾਸੇ ਸਥਿਤ ਹੈ ਜੀ ਪੱਛਮ ਦੇ ਵਿੱਚ ਪੰਜਾਬ ਭਾਰਤ ਦੇ ਪੱਛਮ ਦੇ ਵਿੱਚ ਸਥਿਤ ਹੈ। ਪੰਜਾਬ ਵਿੱਚ ਰੇਲ ਕੋਚ ਫੈਕਟਰੀ ਕਿੱਥੇ ਸਥਿਤ ਹੈ? ਕਪੂਰਥਲਾ ਦੇ ਵਿੱਚ ਸਥਿਤ ਹੈਗੀ। ਪੰਜਾਬ ਦੀ ਪਹਿਲੀ ਔਰਤ ਮੁੱਖ ਮੰਤਰੀ ਜਿਹੜੀ ਔਰਤ ਹੈ ਉਹਦਾ ਨਾਮ ਕੀ ਹੈ ਜੀ? ਰਜਿੰਦਰ ਕੌਰ ਪਠੜ੍ਹ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਮਹਿਲਾ ਪ੍ਰਧਾਨ ਕੌਣ ਸੀ? ਬੀਬੀ ਜੰਗੀਰ ਕੌਰ ਸੀਗੀ। ਪੰਜਾਬ ਵਿੱਚ ਸਭ ਤੋਂ ਵੱਧ ਜੰਗਲ ਕਿੱਥੇ ਮਿਲਦੇ ਨੇ ਜੀ ਹੁਸ਼ਿਆਰਪੁਰ ਦੇ ਵਿੱਚ ਮਿਲਦੇ ਨੇ ਤੇ ਜਿਆਦਾ ਪੜ੍ਹੇ ਲਿਖੇ ਲੋਕ ਵੀ ਜਿਹੜੇ ਹੈਗੇ ਐ ਇੱਥੇ ਮਿਲਦੇ ਆ ਪੰਜਾਬ ਨੂੰ ਬ੍ਰਿਟਿਸ਼ ਸਮਰਾਜ ਵਿੱਚ ਸ਼ਾਮਿਲ ਕਰਨ ਸਮੇਂ ਪੰਜਾਬ ਦਾ ਮਹਾਰਾਜਾ ਕੌਣ ਸੀ ਮਹਾਰਾਜਾ ਦਲੀਪ ਸਿੰਘ ਸੀਗਾ ਦੋ ਮਹਾਰਾਜੇ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਪੰਜਾਬ ਨੂੰ ਬ੍ਰਿਟਿਸ਼ ਸਮਰਾਜ ਵਿੱਚ ਸ਼ਾਮਿਲ ਕਰਨ ਸਮੇਂ ਅੰਗਰੇਜ਼ ਗਵਰਨਰ ਕੌਣ ਸੀ ਲਾਰਡ ਡਲਹੌਜੀ ਸੀ ਸਰਵੱਤ ਖਾਲਸਾ ਤੋਂ ਕੀ ਭਾਵ ਹੈ ਜੀ ਸਮੁੱਚੀ ਸਿੱਖ ਸੰਗਤ ਨੂੰ ਕਿਹਾ ਜਾਂਦਾ ਹੈ ਸਰਵੱਤ ਖਾਲਸਾ ਪੰਜਾਬ ਦੇ ਵਿੱਚ ਕੁੱਲ ਕਿੰਨੀਆਂ ਮਿਸਲਾਂ ਹੋਈਆਂ ਸੀਆਂ 12 ਮਿਸਲਾਂ ਠੀਕ ਹੈ ਪਟਿਆਲਾ ਸਥਿਤ ਕਿਲਾ ਮੁਬਾਰਕ ਕਿਸ ਨੇ ਬਣਵਾਇਆ ਸੀ ਬਾਬਾ ਆਲਾ ਨੇ ਬਣਵਾਇਆ ਸੀ ਅਸੀਂ ਪਹਿਲਾਂ ਵੀ ਦੇਖ ਚੁੱਕੇ ਹਾਂ ਨਾ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਹਬਜ਼ਾਦੀ ਕਿਹੜੇ ਯੁੱਧ ਦੇ ਵਿੱਚ ਸ਼ਹੀਦ ਹੋਏ ਸੀ ਜੀ ਚਮਕੌਰ ਸਾਹਿਬ ਦੀ ਲੜਾਈ ਦੇ ਵਿੱਚ ਉਹ ਸ਼ਹੀਦ ਹੋ ਗਏ ਸੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਹਬਜ਼ਾਦੇ ਹੁਣ ਦੀਵਾਰ ਦੇ ਵਿੱਚ ਕਿੱਥੇ ਚਨਾਵਾਇਆ ਗਿਆ ਸੀ ਇਤਿਵਿਸਰਹਾਂ ਦੇ ਵਿੱਚ ਚਨਾਵਾਇਆ ਗਿਆ ਸੀਗਾ ਆਜ਼ਾਦੀ ਤੋਂ ਪਹਿਲਾਂ ਪੰਜਾਬ ਵਿੱਚ ਆਰਿਆ ਸਮਾਜ ਦਾ ਪ੍ਰਮੁੱਖ ਕੇਂਦਰ ਕਿੱਥੇ ਸੀ ਜੀ ਲੋਹਾਰ ਦੇ ਵਿੱਚ ਸਥਿਤ ਸੀ ਕਿੱਥੇ ਸੀ ਇਹ ਲੋਹਾਰ ਦੇ ਵਿੱਚ ਰਾਜ ਮੁਹੰਮਦ ਸਿੰਘ ਆਜ਼ਾਦ ਕਿਹੜੇ ਕ੍ਰਾਂਤੀਕਾਰੀ ਦਾ ਉਪਨਾਮ ਹੈ ਸਰਦਾਰ ਮਹਾ ਉਦਮ ਸਿੰਘ ਨੂੰ ਕਿਹਾ ਜਾਂਦਾ ਸੀ ਜਾਂ ਆਪਾਂ ਕਹਿ ਸਕਦੇ ਹਾਂ ਉਦਮ ਸਿੰਘ ਦਾ ਹੋਰ ਨਾਮ ਕੀ ਸੀ ਰਾਮ ਮੁਹੰਮਦ ਸਿੰਘ ਬ੍ਰਿਟਿਸ਼ ਪੰਜਾਬ ਦਾ ਪਹਿਲਾ ਗਵਰਨਰ ਕੌਣ ਸੀ ਸਰ ਜੌਨ ਲਾਰੈਂਸ ਪੰਜਾਬ ਦੇ ਬੰਦ ਸਮੇਂ ਭਾਰਤ ਦਾ ਵਾਇਸਰਾਏ ਕੌਣ ਸੀ ਲਾਰਡ ਮਾਉਂਟ ਬੈਟਨ ਪੰਜਾਬੀ ਸੂਬੇ ਦਾ ਪਿਤਾਮਾ ਕਿਹਨੂੰ ਕਿਹਾ ਜਾਂਦਾ ਹੈ ਜੀ ਮਾਸਟਰ ਤਾਰਾ ਸਿੰਘ ਨੂੰ ਕਿਹਾ ਜਾਂਦਾ ਹੈ ਪੰਜਾਬੀ ਸੂਬੇ ਦਾ ਪਿਤਾਮਾ ਪੰਜਾਬ ਲੋਕ ਸੇਵਾ ਕਮਿਸ਼ਨ ਦਾ ਮੁੱਖ ਦਫ਼ਤਰ ਕਿੱਥੇ ਹੈ ਜੀ ਪਟਿਆਲਾ ਵਿਖੇ ਹੈ ਕਿਸ ਸ਼ਹਿਰ ਨੂੰ ਪਟਿਆਲਾ ਪੰਜਾਬ ਦਾ ਮਾਂਚੈਸਟਰ ਕਿਹਾ ਜਾਂਦਾ ਹੈ ਲੁਧਿਆਣਾ ਦਾ ਹੈ ਨਾ ਕਿਉਂਕਿ ਇੱਥੇ ਹੌਜੀ ਦਾ ਸਨਮਾਨ ਬਹੁਤ ਮਿਲਦਾ ਹੈ ਪੰਜਾਬ ਦਾ ਕਿਹੜਾ ਸ਼ਹਿਰ ਫਰਨੀਚਰ ਦੇ ਲਈ ਪ੍ਰਸਿੱਧ ਹੈ ਕੋਰਤਾਰਪੁਰ ਸ਼ਹਿਰ ਹੈ ਜਿਹੜਾ ਫਰਨੀਚਰ ਦੇ ਲਈ ਪ੍ਰਸਿੱਧ ਹੈ ਪੰਜਾਬ ਦੇ ਲੋਕਾਂ ਦਾ ਮੁੱਖ ਕੀਤਾ ਕਿਹੜਾ ਹੈਗਾ ਜੀ ਖੇਤੀਬਾੜੀ ਹੈਗਾ ਕਿਹੜੇ ਗੜੇ ਪੰਜਾਬੀ ਨੂੰ ਭਾਰਤ ਦਾ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਬਣਨ ਦਾ ਮਾਣ ਹੈ ਜਿਹੜਾ ਹਸਲ ਹੋਇਆ ਰਾਸ਼ਟਰਪਤੀ ਗਿਆਨੀ ਸਰਦਾਰ ਜੈਲ ਸਿੰਘ ਪ੍ਰਧਾਨ ਮੰਤਰੀ ਕੌਣ ਬਣੇ ਨੇ ਪ੍ਰੋਫੈਸਰ ਸਰਦਾਰ ਸਰਦਾਰ ਮਨਮੋਹਨ ਸਿੰਘ ਬਣੇ ਸੀ ਪ੍ਰੋਫੈਸਰ ਨਹੀਂ ਸਰਦਾਰ ਮਨਮੋਹਨ ਸਿੰਘ ਠੀਕ ਹੈ ਸੋ ਰਾਸ਼ਟਰਪਤੀ ਬਣੇ ਸੀ ਜੀ ਗਿਆਨੀ ਜੈਲ ਸਿੰਘ ਅਤੇ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਪਾਖੜਾ ਡੈਮ ਦਾ ਨੀ ਪੱਥਰ ਕਿਸ ਨੇ ਰੱਖਿਆ ਸੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਰੱਖਿਆ ਸੀ ਸ਼ਿਵਾਲਿਕ ਪਹਾੜ ਪੰਜਾਬ ਦੇ ਕਿਲੇਵਾਸੇ ਸਥਿਤ ਹੈ ਜੀ ਉੱਤਰ ਦੇ ਵਿੱਚ ਸਥਿਤ ਹੈ ਸ਼ਿਵਾਲਿਕ ਪਰਬਤ ਚੰਡੀਗੜ੍ਹ ਸ਼ਹਿਰ ਕਦੋਂ ਬਣ ਕੇ ਤਿਆਰ ਹੋਇਆ ਸੀ 1960 ਦੇ ਵਿੱਚ ਤਿਆਰ ਹੋਇਆ ਸੀ ਬਣ ਕੇ ਪੰਜਾਬ ਵਿੱਚ ਭਦੌੜ ਹੰਡਿਆਇਆ ਤੇ ਤਲਵੰਡੀ ਪਾਈ ਕਿਸ ਲਈ ਪ੍ਰਸਿੱਧ ਹਨ ਖੇਤੀ ਨਿਬਾੜੀ ਨਾਲ ਸੰਬੰਧਿਤ ਜਿਹੜੇ ਅੰਜਾਰਾਂ ਦੇ ਲਈ ਇਹ ਪ੍ਰਸਿੱਧ ਹੈਗੇ ਨੇ ਆਜ਼ਾਦੀ ਤੋਂ ਪਹਿਲਾਂ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਪੂਰਨ ਸੁਤੰਤਰਤਾ ਦੀ ਮੰਗ ਕੀਤੀ ਗਈ? ਲਾਹੌਰ ਸ਼ਹਿਰ ਦੇ ਵਿੱਚ ਕੀਤੀ ਗਈ ਸੀ। ਪੰਜਾਬ ਦੇ ਕਿਸ ਸ਼ਹਿਰ ਵਿੱਚ ਕੂਕਿਆਂ ਨੂੰ ਤੋਪਾਂ ਨਾਲ ਵੱੰਕੇ ਸੀਧ ਕੀਤਾ ਗਿਆ ਸੀ? ਮਲੇਰ ਕੋਟਲਾ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ। ਠੀਕ ਹੈ ਜੀ ਸੋ ਇਹ ਸੀ ਜੀ ਸਾਡੇ 1 ਲਾਈਨਰ ਦੀ ਫਾਰਮ ਦੇ ਕੁਐਸਚਨ ਜਿਦੇ ਵਿੱਚ ਅਸੀਂ ਇਤਿਹਾਸਿਕ ਮਾਰਕਾਂ ਵੀ ਦੇਖਿਆ ਨੇ ਨਾ ਤੇ ਕੁਝ ਮਸਲੀਨੀਅਸ ਕੁਐਸਚਨ ਵੀ ਦੇਖੇ ਨੇ। ਜੋ ਤੁਹਾਡੇ ਪੰਜਾਬ ਜੀਕੇ ਦੇ ਪ੍ਰੋਸਪੈਕਟਿਵ ਦੇ ਨਾਲ ਬਹੁਤ ਇੰਪੋਰਟੈਂਟ ਇੰਪੋਰਟੈਂਟ ਹੈ ਗਿਆ ਸੋ ਜਿੰਨਾ ਵੀ ਐਗਜ਼ਾਮਸ ਦੇ ਵਿੱਚ ਆਲਮੋਸਟ ਸਾਰੇ ਐਗਜ਼ਾਮਸ ਦਾ ਜਿਹੜਾ ਸਿਲੇਬਸ ਹੈ ਉਹ ਸੇਮ ਹੀ ਹੈ ਨਾ ਪਟਵਾਰੀ ਹੋ ਗਿਆ ਫਾਇਰਮੈਨ ਹੋ ਗਿਆ ਆਕਸਾਈਜ਼ ਹੋ ਗਿਆ ਵੀਡੀਓ ਹੋ ਗਿਆ ਕਲਰਕ ਹੋਗੇ ਇਹਨਾਂ ਸਾਰਿਆਂ ਦਾ ਜਿਹੜਾ ਸਿਲੇਬਸ ਆ ਉਹ ਸੇਮ ਹੈ ਨਾ ਸੋ ਜਿਹੜੇ ਵੀ ਐਗਜ਼ਾਮ ਦੀ ਤੁਸੀਂ ਤਿਆਰੀ ਕਰ ਰਹੇ ਹੋ ਜਿਨ੍ਹਾਂ ਦੇ ਵਿੱਚ ਵੀ ਪੰਜਾਬ ਜੀਕੇ ਆ ਰਹੀ ਹੈ ਠੀਕ ਹੈ ਉਹਨਾਂ ਸਾਰਿਆਂ ਦੇ ਲਈ ਇਹ ਕਲਾਸ ਇਸ ਤੁਹਾਡੇ ਲਈ ਇੰਪੋਰਟੈਂਟ ਨੇ ਅਗੇ ਵੀ ਐਵੇਂ ਨਾ ਕਲਾਸਿਸ ਲੈ ਕੇ ਆਉਂਦੀ ਰਵਾਂਗੀ ਬਨਲਾਈਨ ਫਾਰਮ ਦੇ ਵਿੱਚ ਜੋ ਕਿ ਤੁਹਾਨੂੰ ਬਹੁਤ ਹੈਲਪ ਹੋਏਗੀ ਨਾ ਤੁਹਾਡਾ ਟਾਈਮ ਜਿਹੜਾ ਬਹੁਤ ਜ਼ਿਆਦਾ ਸੇਵ ਹੋ ਜਾਏਗਾ ਸੋ ਅਗਰ ਕਲਾਸ ਪਸੰਦ ਆਈ ਹੈ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਮਿਲਦੇ ਆ ਨੈਕਸਟ ਕਲਾਸ ਦੇ ਵਿੱਚ ਵੀ ਥੈਂਕ ਯੂ ਸੋ ਮਚ